ਵੀ ਐਡਿਕਸ਼ਨ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਹੈਗੇ ਇਸ ਡਰੱਗ ਦੇ ਆਦੀ ਹੋ ਚੁੱਕੇ ਹੈਗੇ ਆ, ਉਹਨਾਂ ਨੂੰ ਹੈਲਪ ਕੀਤੀ ਜਾਂਦੀ, ਸਪੋਰਟ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ 'ਚ ਭਰਤੀ ਕਰਾਇਆ ਜਾਂਦਾ ਤਾਂ ਕਿ ਉਹ ਇਸ ਦਲਦਲ 'ਚੋਂ ਨਿਕਲ ਸਕਣ। ਕਾਲਜਿਸ ਸਕੂਲਸ ਦੇ ਵਿੱਚ ਡਰੱਗ ਸੈਮੀਨਾਰ ਸਿਖਾਏ ਜਾਂਦੇ ਹੈਗੇ, ਉਹ ਦਾ ਮੇਨ ਮਕਸਦ ਇਹ ਹੁੰਦਾ ਹੈਗਾ ਕਿ ਆਪਾਂ ਪ੍ਰੀਵੈਂਟ ਕਰਨਾ ਚਾਹੁੰਦੇ ਹਾਂ ਕਿ ਹੋਰ ਯੂਥ ਜਾਂ ਫਿਰ ਹੋਰ ਲੋਕ ਜਿਹੜੇ ਹੈਗੇ ਡਰੱਗਸ ਦੇ ਨਾ ਲੱਗਣ। ਐਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਹੀ ਪਿਛਲੇ ਸਮੇਂ ਤੋਂ ਕਾਫੀ ਨੌਜਵਾਨ ਜਿਹੜੇ ਹੈਗੇ ਉਹ ਭਰਤੀ ਕਰਾਏ ਗਏ ਆ ਤੇ ਭਰਤੀ ਕਰਾਉਣ ਉਪਰੰਤ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈਗੀ ਹੈ ਤੇ ਉਹ ਸੂਟੇਬਲ ਟਾਈਮ ਦੇ ਵਿੱਚ ਜਿਹੜੇ ਹੈਗੇ ਆ ਉਹ ਡੀ ਐਡਿਕਸ਼ਨ ਹੋ ਸਕਦੇ। ਸਖਤੀ ਕਰਕੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਸਦੇ ਨਾਲ ਹੀ ਇੱਕ ਪਬਲਿਕ ਨੂੰ ਇਸ ਮੁਹਿੰਮ ਚਪੜੇ ਨਾਲ ਜੋੜਨ ਦੇ ਲਈ ਤੇ ਯੂਥ ਨੂੰ ਸਪੈਸ਼ਲੀ ਨੌਜਵਾਨ ਬੱਚਿਆਂ ਨੂੰ ਇਹਦੇ ਪ੍ਰਤੀ ਪ੍ਰੇਰਿਤ ਕਰਨ ਲਈ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ। ਪੰਜਾਬ ਦੇ ਨੌਜਵਾਨਾਂ ਨੂੰ ਇਹੀ ਅਪੀਲ ਹੈਗੀ ਹੈ ਕਿ ਜਿਵੇਂ ਅਸੀਂ ਹਮੇਸ਼ਾ ਪੰਜਾਬ ਦਾ ਨਾਂ ਫੌਜ ਵਿੱਚ, ਸਿਵਲ ਸਰਵਿਸਿਜ਼ ਵਿੱਚ, ਸਪੋਰਟਸ ਵਿੱਚ ਹਮੇਸ਼ਾ ਟੌਪ ਤੇ ਰਿਹਾ ਹੈ, ਅਸੀਂ ਪੰਜਾਬ ਨੂੰ ਫਿਰ ਦੁਬਾਰਾ ਉਸੀ ਸਟੇਟਸ ਤੇ ਲੈ ਕੇ ਜਾਣਾ ਹੈ ਕਿ ਤਾਂ ਜੋ ਸਾਡੇ ਬੱਚੇ ਫਿਰ ਦੇਸ਼ ਦੇ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਟੌਪ ਦੀ ਪੋਜੀਸ਼ਨ ਵਿੱਚ ਆਉਣ। ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੇ ਲਈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਇੱਕ ਟੂਰਨਾਮੈਂਟ ਕਰਾਇਆ ਜਾ ਰਿਹਾ ਵਾ ਤਾਂ ਇਸ ਵਕਤ ਮੇਰੇ ਨਾਲ ਜਗਰਾਓ ਦੇ SSP ਨਵਨੀਤ ਸਿੰਘ ਬੈਂਸ ਜੀ ਨੇ ਗੱਲਬਾਤ ਕਰ ਲੈਂਦੇ ਹਾਂ। ਸਰ, ਨਸ਼ਾ ਮੁਕਤ ਪੰਜਾਬ ਹੋਵੇ, ਨੌਜਵਾਨ ਨਸ਼ਾ ਛੱਡ ਦੇਣ, ਖੇਡਾਂ ਨਾਲ ਜੁੜਨ, ਇਹ ਉਪਰਾਲੇ ਜਿਹੜੇ ਸਰਕਾਰ ਵੱਲੋਂ ਕੀਤੇ ਜਾ ਰਹੇ, ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ, ਅੱਜ ਲੁਧਿਆਣਾ ਦਿਹਾਤ ਪੁਲਿਸ ਵੱਲੋਂ ਮੈਚ ਵੀ ਕਰਾਇਆ ਜਾ ਰਿਹਾ, ਕਿਸ ਤਰ੍ਹਾਂ ਲੋਕ ਜਿਹੜੇ ਜੁੜ ਰਹੇ ਨੇ, ਨੌਜਵਾਨ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਜੁੜ ਰਿਹਾ? ਜੀ, ਪੰਜਾਬ ਦੇ ਵਿੱਚ ਐਂਟੀ ਡਰੱਗ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ। ਉਸ ਦੀ ਲੜੀ ਦੇ ਵਿੱਚ ਅੱਜ ਲੁਧਿਆਣਾ ਦਿਹਾਤੀ ਜ਼ਿਲ੍ਹੇ ਦੇ ਵਿੱਚ ਪਿੰਡ ਗੂੜੇ ਦੇ ਵਿੱਚ ਇੱਕ ਬਾਸਕਟਬਾਲ ਮੈਚ ਦੇ ਫਾਈਨਲ ਕਰਾਏ ਜਾ ਰਹੇ ਹੈਗੇ, ਬਾਸਕਟਬਾਲ ਟੂਰਨਾਮੈਂਟ ਦਾ। ਇਹਦੇ ਵਿੱਚ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਮ ਸੇ ਕਮ 100 ਨੌਜਵਾਨ ਜਿਹੜੇ ਆਏ ਹੋਏ ਹੈਗੇ ਇੱਥੇ ਪ੍ਰੈਕਟਿਸ ਕਰ ਰਹੇ ਹੈਗੇ ਅਤੇ ਇਸ ਕਰਕੇ ਆਪਾਂ ਨੂੰ ਜਿਹੜਾ ਪਾਰਟਿਸਿਪੇਸ਼ਨ ਹੈਗਾ ਨੌਜਵਾਨਾਂ ਦਾ ਉਹ ਕਾਫੀ ਅੱਛਾ ਹੈਗਾ, ਕਾਫੀ ਅੱਛਾ ਰਿਸਪਾਂਸ ਮਿਲਿਆ। ਇਸ ਤੱਕ ਕਦੋਂ ਤੋਂ ਇਹ ਤਿਆਰੀ ਸ਼ੁਰੂ ਕੀਤੀ ਸੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ, ਇਹ ਨੌਜਵਾਨਾਂ ਨੂੰ ਕਿੱਦਾਂ ਇਕੱਠਾ ਕੀਤਾ ਗਿਆ? ਪੂਰੇ ਪਿੰਡ ਦੇ ਵਿੱਚ ਹੀ ਪਿਛਲੇ ਹਫਤੇ ਜੀ ਕ੍ਰਿਕਟ ਦਾ ਟੂਰਨਾਮੈਂਟ ਹੋਇਆ ਸੀਗਾ ਤੇ ਬਾਸਕਟਬਾਲ ਦੇ ਟੂਰਨਾਮੈਂਟ ਮੈਚਿਸ ਇਹਦੇ ਵਿੱਚ ਪਹਿਲੇ ਤੋਂ ਹੀ ਕਾਫੀ ਮਹੀਨੇ ਤੋਂ ਹੀ ਚੱਲ ਰਹੇ ਸੀਗੇ ਤੇ ਅੱਜ ਇਹਦੇ ਤੇ ਫਾਈਨਲ ਹੈਗਾ। ਸੋ ਜਿਵੇਂ ਨਸ਼ਾ ਮੁਕਤ ਪੰਜਾਬ ਹੋਵੇ, ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਸਰਚ ਕੀਤੀ ਜਾ ਰਹੀ ਆ, ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਨਾਲ ਨਾਲ ਪ੍ਰਸ਼ਾਸਨ ਵੱਲੋਂ? ਜਿਹੜੀ ਐਂਟੀ ਡਰੱਗ ਸਟ੍ਰੈਟਜੀ ਹੈਗੀ ਉਹਦੇ 3 ਮੇਨ ਹਿੱਸੇ ਮੰਨੇ ਜਾਂਦੇ ਹੈਗੇ। ਪਹਿਲਾ ਹੈਗਾ ਜੀ ਇਨਫੋਰਸਮੈਂਟ, ਜਿਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੈਸੋ ਆਪਰੇਸ਼ਨਸ ਤੇ ਹੋਰ ਚਲਾਏ ਜਾ ਰਹੇ ਹੈਗੇ ਆ ਜਿੱਥੇ ਡਰੱਗ ਪੈਡਲਰਸ ਵਗੈਰਾ ਅਰੈਸਟ ਕੀਤੇ ਜਾਂਦੇ ਆ। ਦੂਸਰਾ ਹੁੰਦਾ ਜੀ ਡੀ ਐਡਿਕਸ਼ਨ, ਡੀ ਐਡਿਕਸ਼ਨ ਦੇ ਵਿੱਚ ਜਿਹੜੇ ਨੌਜਵਾਨ ਜਿਹੜੇ ਹੈਗੇ ਇਸ ਡਰੱਗ ਦੇ ਆਦੀ ਹੋ ਚੁੱਕੇ ਹੈਗੇ ਆ, ਉਹਨਾਂ ਨੂੰ ਹੈਲਪ ਕੀਤੀ ਜਾਂਦੀ, ਸਪੋਰਟ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ 'ਚ ਭਰਤੀ ਕਰਾਇਆ ਜਾਂਦਾ ਤਾਂ ਕਿ ਉਹ ਇਸ ਦਲਦਲ 'ਚੋਂ ਨਿਕਲ ਸਕਣ। ਤਾਂ ਤੀਸਰਾ ਹੈਗਾ ਪ੍ਰੀਵੈਂਸ਼ਨ, ਪ੍ਰੀਵੈਂਸ਼ਨ ਦੇ ਵਿੱਚ ਅਵੇਅਰਨੈਸ ਅਗੇਂਸਟ ਇਲ ਇਫੈਕਟਸ ਆਫ ਡਰੱਗ, ਉਹ ਬਹੁਤ ਇੰਪੋਰਟੈਂਟ ਪਾਰਟ ਹੈਗਾ ਤੇ ਉਹਦੇ ਲਈ ਇਹ ਟੂਰਨਾਮੈਂਟਸ ਜਿਹੜੇ ਹੈਗੇ ਜਿੱਦਾਂ ਸਪੋਰਟਸ ਟੂਰਨਾਮੈਂਟ ਹੋ ਗਿਆ ਜਾਂ ਕਾਲਜ ਸਕੂਲਸ ਦੇ ਵਿੱਚ ਡਰੱਗ ਸੈਮੀਨਾਰਸ ਲਿਖਾਏ ਜਾਂਦੇ ਹੈਗੇ, ਉਹ ਦਾ ਮੇਨ ਮਕਸਦ ਇਹ ਹੁੰਦਾ ਹੈਗਾ ਕਿ ਆਪਾਂ ਪ੍ਰੀਵੈਂਟ ਕਰਨਾ ਚਾਹੁੰਦੇ ਹਾਂ ਕਿ ਹੋਰ ਯੂਥ ਜਾਂ ਫਿਰ ਹੋਰ ਲੋਕ ਜਿਹੜੇ ਹੈਗੇ ਡਰੱਗ ਦੇ ਨਾ ਲੱਗਣ। ਨੌਜਵਾਨ ਕਿਸ ਤਰ੍ਹਾਂ ਪੁਲਿਸ ਦੇ ਨਾਲ ਜੁੜ ਰਹੇ ਨੇ, ਕਿਸ ਤਰ੍ਹਾਂ ਤੁਸੀਂ ਵੀ ਅਪੀਲ ਕਰਦੇ ਹੋ ਕਿ ਤੁਸੀਂ ਖੇਡਾਂ ਵੱਲ ਆਓ, ਸਰਕਾਰ ਤੁਹਾਡੀ ਮਦਦ ਕਰਨ ਨੂੰ ਤਿਆਰ ਹੈਗੀ? ਬਿਲਕੁਲ ਜੀ, ਨੌਜਵਾਨਾਂ ਤੇ ਪੂਰੀ ਸੋਸਾਇਟੀ ਜਿਹੜੀ ਹੈਗੀ ਉਹਦਾ ਰਿਸਪਾਂਸ ਬਹੁਤ ਹੀ ਅੱਛਾ ਹੈਗਾ। ਸਾਰੇ ਚਾਹੁੰਦੇ ਹੈਗੇ ਆ ਕਿ ਇਹ ਡਰੱਗ ਪ੍ਰੋਬਲਮ ਤੋਂ ਪੰਜਾਬ ਨੂੰ ਜਿਹੜਾ ਨਿਜਾਤ ਪਾਇਆ ਜਾਏ ਤੇ ਅਸੀਂ
ਸਰਕਾਰ ਸਭ ਲੋਕਾਂ ਦੇ ਨਾਲ ਹੈ, ਯੂਥ ਦੇ ਨਾਲ ਹੈਗੇ। ਜੋ ਸਾਡੀ ਸਪੋਰਟ ਚਾਹੀਦੀ ਹੈਗੀ ਆਪਾਂ ਕਰ ਵੀ ਰਹੇ ਹਾਂ ਤੇ ਅੱਗੇ ਵੀ ਪੂਰੀ ਕਰਾਂਗੇ। ਤਸਕਰਾਂ ਨੂੰ ਕਿਸ ਤਰ੍ਹਾਂ ਪਕੜਿਆ ਜਾ ਰਿਹਾ ਵਾ, ਪੁਲਿਸ ਵੱਲੋਂ ਕਿਸ ਤਰ੍ਹਾਂ ਸਰਚ ਅਭਿਆਨ ਚਲਾਏ ਜਾ ਰਹੇ ਨੇ, ਦੇਹਾਤ ਪੁਲਿਸ ਜੇ ਗੱਲ ਕੀਤੀ ਹੈ, ਲੁਧਿਆਣਾ ਦੇਹਾਤ ਪੁਲਿਸ ਵੱਲੋਂ ਕਿਸ ਤਰ੍ਹਾਂ ਅਭਿਆਨ ਚਲਾਇਆ ਜਾ ਰਿਹਾ? ਹੁਣ ਲੋਕਲ ਇੰਟੈਲੀਜੈਂਸ ਜਿਹੜੀ ਹੈਗੀ ਹੈ, ਕਈ ਵਾਰ ਚੰਗੇ ਵਿਅਕਤੀ ਹੁੰਦੇ ਆ, ਉਹ ਸਾਨੂੰ ਟਾਈਮ ਟੂ ਟਾਈਮ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੈਗੇ ਕਿ ਪਿੰਡ ਦੇ ਵਿੱਚ ਫਲਾਣੇ ਵਿਅਕਤੀ ਜਾਂ ਫਲਾਣੇ ਬੰਦੇ ਆ ਕੇ ਗਲਤ ਕੰਮ ਡਰੱਗਸ ਦਾ ਕੰਮ ਕਰਦੇ ਹੈਗੇ। ਉਹਦੇ ਕਰਕੇ ਫਿਰ ਆਪਾਂ ਐਨਾਲਾਈਜ਼ ਕਰਕੇ ਸਾਰੇ ਪੈਟਰਨ ਨੂੰ ਡਰੱਗ ਹੌਟਸਪੌਟਸ ਬਣਾਏ ਜਾਂਦੇ ਆ, ਤੇ ਉੱਥੇ ਫਿਰ ਕੋਡਨ ਕਰਕੇ ਏਰੀਆ ਨੂੰ ਬੰਦ ਕਰਕੇ ਉੱਥੇ ਸਰਚ ਅਭਿਆਨ ਚਲਾਇਆ ਜਾਂਦਾ ਹੈ। ਸਰਚ ਦੌਰਾਨ ਜੋ ਵੀ ਸਾਨੂੰ ਡਰੱਗਸ ਦੀ ਬਰਾਮਦਗੀ ਹੁੰਦੀ ਹੈਗੀ ਹੈ, ਉਹਦੇ ਹਿਸਾਬ ਦੇ ਨਾਲ ਪੈਡਲਰਸ ਦੇ ਉੱਤੇ ਜੋ ਹੈ ਉਹ ਲੀਗਲ ਕਾਰਵਾਈ ਕੀਤੀ ਜਾਂਦੀ ਹੈ। ਸਰ, ਨੌਜਵਾਨ ਜਿਸ ਤਰ੍ਹਾਂ ਦਲਦਲ ਦੇ ਵਿੱਚ ਫਸੇ ਨੇ, ਉਹਨਾਂ ਨੂੰ ਕੱਢਣ ਦੇ ਲਈ ਪੁਲਿਸ ਵੱਲੋਂ ਕਿਸ ਤਰ੍ਹਾਂ ਪਾਲ ਕੀਤਾ? ਲੋਕ ਅੱਗੇ ਆ ਰਹੇ ਨੇ, ਪੇਰੈਂਟਸ ਅੱਗੇ ਆ ਰਹੇ ਨੇ ਕਿ ਇਹਨਾਂ ਨੂੰ ਬਚਾਇਆ ਜਾਵੇ? ਬਿਲਕੁਲ ਜੀ, ਜਗਰਾਓਂ ਦੇ ਵਿੱਚ ਇੱਕ ਡੀ ਐਡਿਕਸ਼ਨ ਸੈਂਟਰ ਹੈਗਾ। ਉਸ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਹੀ ਪਿਛਲੇ ਸਮੇਂ ਤੋਂ ਕਾਫੀ ਨੌਜਵਾਨ ਜਿਹੜੇ ਹੈਗੇ ਉਹ ਭਰਤੀ ਕਰਾਏ ਗਏ ਆ, ਤੇ ਭਰਤੀ ਕਰਾਉਣ ਉਪਰੰਤ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈਗੀ ਹੈ ਤੇ ਉਹ ਸੂਟੇਬਲ ਟਾਈਮ ਦੇ ਵਿੱਚ ਜਿਹੜੇ ਹੈਗੇ ਆ ਉਹ ਡੀ ਐਡਿਕਸ਼ਨ ਹੋ ਸਕਣ। ਸਰ, ਮੈਚ ਇੱਦਾਂ ਹੀ ਅੱਗੇ ਕੰਟੀਨਿਊ ਚੱਲਦੇ ਰਹਿਣਗੇ ਜਿਸ ਤਰ੍ਹਾਂ ਅੱਜ ਸ਼ੁਰੂਆਤ? ਬਿਲਕੁਲ ਜੀ, ਇਹ ਸ਼ੁਰੂਆਤ ਹੈਗੀ ਹੈ। ਇਸ ਤਰ੍ਹਾਂ ਹੀ ਹੁਣ ਸਾਡਾ ਪਲਾਨ ਹੈ ਕਿ ਜਗਰਾਓਂ ਦੇ ਵਿੱਚ ਅੱਗੇ ਸਾਈਕਲ ਰੈਲੀ ਕਰਾਈ ਜਾਏ ਅਵੇਅਰਨੈਸ ਵਾਸਤੇ, ਤੇ ਉਸ ਤੋਂ ਬਾਅਦ ਰਾਏਕੋਟ ਦੇ ਵਿੱਚ ਵੀ ਪ੍ਰੋਗਰਾਮ ਹੋਏਗਾ। ਸਰ, ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ, ਖਾਸ ਕਰ ਨੌਜਵਾਨਾਂ ਨੂੰ? ਸੇ ਯੈਸ ਟੂ ਸਪੋਰਟਸ, ਨੋ ਟੂ ਡਰੱਗਸ। ਤਾਂ ਬਿਲਕੁਲ, ਇਹ ਸਨ SSP ਲੁਧਿਆਣਾ ਦਿਹਾਤੀ। ਤਾਂ ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਹਾਂ, ਟੂਰਨਾਮੈਂਟ ਇਸ ਵਕਤ ਪਿੰਡ ਜਿਹੜਾ ਵਿੱਚ ਚੱਲ ਰਿਹਾ ਵਾ, ਤਾਂ ਇੱਥੇ ਨੌਜਵਾਨਾਂ ਨੂੰ ਨਾਲ ਜੋੜਿਆ ਜਾ ਰਿਹਾ ਵਾ ਕਿ ਨਸ਼ਾ ਮੁਕਤ ਸੀ ਪੰਜਾਬ ਬਣਾਈਏ, ਤੁਸੀਂ ਖੇਡਾਂ ਦੇ ਨਾਲ ਜੁੜੋ, ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਆਓ। ਜਿਹੜੇ ਲੋਕ ਨਸ਼ਿਆਂ ਦੇ ਵਿੱਚ ਫਸੇ ਨੇ ਜਾਂ ਜਿਹੜੇ ਕੰਮ ਨਸ਼ਿਆਂ ਦਾ ਕਰ ਰਹੇ ਆ, ਤਾਂ ਪੁਲਿਸ ਉਹਨਾਂ ਉੱਤੇ ਵੀ ਸਖਤ ਜਿਹੜੀ ਆ ਐਕਸ਼ਨ ਲੈ ਰਹੀ ਹੈ। ਤਾਂ ਕੁਛ VIPs ਉੱਤਰ ਬੈਠੇ ਨੇ, ਉਹਨਾਂ ਨੂੰ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਤਾਂ ਤੇਜਾ ਸਿੰਘ ਧਾਲੀਵਾਲ ਜਿਹੜੇ ਕਿ ਬਾਸਕਟਬਾਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਜਿਨ੍ਹਾਂ ਨੇ ਕਈ ਵੱਡੇ ਪਲੇਅਰ ਜਿਹੜੇ ਨੇ ਤਿਆਰ ਕੀਤੇ ਨੇ, ਅਸੀਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। DIG ਲੁਧਿਆਣਾ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਡਮ, ਅੱਜ ਟੂਰਨਾਮੈਂਟ ਕਰਾਇਆ ਜਾ ਰਿਹਾ ਵਾ, ਕਿਸ ਤਰ੍ਹਾਂ ਦੇਖਦੇ ਹੋ ਨਸ਼ਾ ਮੁਕਤ ਪੰਜਾਬ ਹੋਵੇ? ਜੀ ਜੀ, ਇਹ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਇੱਕ ਟੂਰਨਾਮੈਂਟ ਇੱਥੇ ਕਰਾਇਆ ਜਾ ਰਿਹਾ ਪਿੰਡ ਗੁੜੇ ਦੇ ਵਿੱਚ, ਕਿ ਜਿੱਥੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਖਤੀ ਕਰਕੇ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਸਦੇ ਨਾਲ ਹੀ ਇੱਕ ਪਬਲਿਕ ਨੂੰ ਇਸ ਮੁਹਿੰਮ ਚਪੜੇ ਨਾਲ ਜੋੜਨ ਦੇ ਲਈ ਤੇ ਯੂਥ ਨੂੰ, ਸਪੈਸ਼ਲੀ ਨੌਜਵਾਨ ਬੱਚਿਆਂ ਨੂੰ ਇਹਦੇ ਪ੍ਰਤੀ ਪ੍ਰੇਰਿਤ ਕਰਨ ਲਈ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ, ਜਿਸ ਦੇ ਨਾਲ ਸਾਡਾ ਇਹੀ ਮੰਤਵ ਹੈ ਕਿ ਅਸੀਂ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜ ਸਕੀਏ। ਇਹ ਪਿੰਡ ਵੀ ਇਹਨਾਂ ਨੇ ਇਸ ਲਈ ਸਿਲੈਕਟ ਕੀਤਾ ਕਿ ਇਸ ਪਿੰਡ ਦੇ ਵਿੱਚ ਪਹਿਲਾਂ ਤੋਂ ਵੀ ਬਾਸਕਟਬਾਲ ਦੇ ਪਲੇਅਰ ਕਈ ਰਹੇ ਹਨ, ਤਾਂ ਜੋ ਪਿੰਡ ਦੀ ਪੰਚਾਇਤ ਵੀ ਸਾਡੇ ਨਾਲ ਜੁੜੇ, ਸਭ ਦੇ ਸਾਥ ਲੈ ਕੇ ਹੀ ਅਸੀਂ ਇਸ ਵਿੱਚ ਅੱਗੇ ਵੱਧ ਸਕੀਏ। ਮੈਂ ਕੋਈ ਡਾਟਾ ਵੀ ਇਕੱਠਾ ਕੀਤਾ ਜਿਹੜੇ ਪਿੰਡਾਂ 'ਚ ਜ਼ਿਆਦਾ ਨਸ਼ਾ ਹੈਗਾ ਉੱਥੇ ਇਸ ਤਰ੍ਹਾਂ ਦੇ ਸਪੋਰਟਸ ਕਰਾਏ ਜਾਣ, ਲੋਕਾਂ ਨੂੰ ਅਵੇਅਰ ਕੀਤਾ ਜਾਵੇ? ਜੀ ਜੀ, ਇਹ ਡਾਟਾ ਜਿਨ੍ਹਾਂ ਏਰੀਆ ਵਿੱਚ ਜ਼ਿਆਦਾ ਨਸ਼ਾ ਵਿਕ ਰਿਹਾ ਹੈ, ਉਸਦੇ ਨਾਲ ਨਾਲ ਜਿਨ੍ਹਾਂ ਪਿੰਡਾਂ 'ਚ ਜਿਨ੍ਹਾਂ ਪੰਚਾਇਤਾਂ ਤੋਂ ਸਾਨੂੰ ਬਹੁਤ ਸਪੋਰਟ ਮਿਲ ਰਹੀ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਨਸ਼ੇ ਦੇ ਖਿਲਾਫ ਮੁਹਿੰਮ ਦੇ ਵਿੱਚ ਨਾਲ ਜੁੜਿਆ ਜਾਏ, ਅਸੀਂ ਉਹਨਾਂ ਪਿੰਡਾਂ ਦੇ ਨਾਲ ਵੀ ਮਿਲ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਸਿਰਫ ਸਾਡੇ ਰੇਂਜ ਜਾਂ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਵਿੱਚ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਵਿੱਚ ਵੱਖਰੀ ਵੱਖਰੀ ਥਾਵਾਂ ਤੇ ਹਰੇਕ ਜ਼ਿਲ੍ਹਾ ਦੇ ਵਿੱਚ ਕਰਾਏ ਜਾ ਰਹੇ। ਮੈਡਮ, ਨੌਜਵਾਨਾਂ ਵਾਸਤੇ ਕੀ ਅਪੀਲ ਕਰਨੀ ਚਾਹੋਗੇ, ਕੀ ਮੈਸੇਜ ਉਹਨਾਂ ਨੂੰ? ਪੰਜਾਬ ਦੇ ਨੌਜਵਾਨਾਂ ਨੂੰ ਇਹੀ ਅਪੀਲ ਹੈਗੀ ਹੈ ਕਿ ਜਿਵੇਂ ਅਸੀਂ ਹਮੇਸ਼ਾ ਪੰਜਾਬ ਦਾ ਨਾਂ ਫੌਜ ਵਿੱਚ, ਸਿਵਲ ਸਰਵਿਸਿਜ਼ ਵਿੱਚ, ਸਪੋਰਟਸ ਵਿੱਚ ਹਮੇਸ਼ਾ ਟੌਪ ਤੇ ਰਿਹਾ ਹੈ, ਅਸੀਂ ਪੰਜਾਬ ਨੂੰ ਫਿਰ ਦੁਬਾਰਾ ਉਸੇ ਸਟੇਟਸ ਤੇ ਲੈ ਕੇ ਜਾਣਾ ਹੈ ਕਿ ਤਾਂ ਜੋ ਸਾਡੇ ਬੱਚੇ ਫਿਰ ਦੇਸ਼ ਦੇ ਲੈਵਲ ਤੇ ਅੰਤਰਰਾਸ਼ਟਰੀ ਲੈਵਲ ਤੇ ਟੌਪ ਦੀ ਪੋਜੀਸ਼ਨਸ ਵਿੱਚ ਆਉਣ। ਥੈਂਕ ਯੂ।
ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਵਾ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ, ਤੁਹਾਡੇ ਵੱਲੋਂ ਵੀ ਤੁਸੀਂ ਨੌਜਵਾਨ ਤਿਆਰ ਕੀਤੇ ਜਾ ਰਹੇ ਨੇ? ਲੁਧਿਆਣਾ ਪੁਲਿਸ ਜਿਹੜੀ ਉਹਦਾ ਧੰਨਵਾਦ ਰਿਸਪੈਕਟਡ ਮੈਡਮ ਧਨਪ੍ਰੀਤ ਕੌਰ ਜੀ, ਜੋ ਇਹਨਾਂ ਦੀ ਖੇਡਾਂ ਪ੍ਰਤੀ ਹਿਊਮਨ ਐਂਗਲ ਆ, ਅੱਜ ਲੋੜ ਹੈਗੀ ਆ ਸਾਨੂੰ ਜਿਹੜਾ ਚਿੱਟੇ ਕਾਲਿਆਂ 'ਚੋਂ ਕੱਢ ਕੇ ਖੇਡਾਂ ਦਾ ਨਸ਼ਾ ਲਾਈਏ, ਜਿਹੜਾ ਕਿ ਇਹ ਸ਼ੁਰੂ ਕਰ ਰਹੇ ਨੇ, ਪਰ ਸਮਾਜ ਦੀ, ਮਾਪਿਆਂ ਦੀ, ਪੰਚਾਂ ਦੀ, ਸਰਪੰਚਾਂ ਦੀ, ਸਭ ਦੀ ਡਿਊਟੀ ਆ ਇਹ ਕਿ ਆਪਾਂ ਇਹਨਾਂ ਨੂੰ ਰੱਜ ਕੇ ਸਹਿਯੋਗ ਦੇਈਏ। ਇਹ ਉੱਤਮ ਜਿਹੜਾ ਹੈਗਾ ਕੰਮ ਕਰ ਰਹੇ ਨੇ, ਔਰ ਬੱਚਿਆਂ ਨੂੰ ਇਹ ਲੜ ਲਾਈਏ, ਆਉਣ ਵਾਲੀ ਸਾਡੀ ਪੀੜ੍ਹੀ ਇਹ ਖੇਡ ਦੇ ਨਸ਼ੇ ਨੂੰ ਅਪਣਾਏ, ਇਹ ਚਿੱਟੇ ਕਾਲੇ ਨੂੰ ਭੁੱਲ ਜਾਵੇ ਵੀ ਸੀਗਾ ਵੀ ਇਹ ਇੱਕ ਬੈਸਟ ਮੈਥਡ ਆ। ਇਹਦੇ ਨਾਲ ਦਾ ਕੋਈ ਖੇਡ ਵਰਗਾ ਨਸ਼ਾ ਦੁਨੀਆਂ 'ਚ ਨਾ ਬਣਿਆ ਨਾ ਬਣੂੰਗਾ। ਜਿਹਨੇ ਮਰਜ਼ੀ ਜਮਾ ਕੇ ਦੇਖਣਾ ਦੇਖ ਲਓ, ਇਹ 24 ਘੰਟੇ ਸਰੀਰ ਤੁਹਾਨੂੰ ਚੱਕੀ ਫਿਰਦਾ। ਇਹਨੂੰ ਆਪਾਂ ਖੇਡ ਬਣ ਲਾਈਏ, ਸਾਨੂੰ ਆਪਣੇ ਜੀਵਨ ਨੂੰ ਬਚਾਈਏ। ਤਾਂ ਖੇਡਾਂ ਦਾ ਨਸ਼ਾ ਅਪਣਾਈਏ, ਅਸੀਂ ਜੋ ਨਸ਼ੇ ਦੇ ਦਲਦਲ ਵਿੱਚ ਨੌਜਵਾਨ ਫਸੇ ਨੇ ਉਹਨਾਂ ਨੂੰ ਅਸੀਂ ਬਾਹਰ ਕੱਢੀਏ। ਤਾਂ ਇਹ ਦਿਹਾਤ ਪੁਲਿਸ ਵੱਲੋਂ ਵੀ ਵਿਸ਼ੇਸ਼ ਉਪਰਾਲਾ ਜਿਹੜਾ ਵਾ ਅੱਜ ਕੀਤਾ ਗਿਆ ਵਾ। ਕੈਮਰਾਮੈਨ ਮਨੀਸ਼ ਦੇ ਨਾਲ ਨਰਿੰਦਰ ਬਿੰਦੂ, ਜਗਬੈਂਡ ਟੀਵੀ, ਲੁਧਿਆਣਾ।